ਭਾਜੀ ਮੈਨੂੰ ਛੱਡ ਗਈ। ਬਹੁਤ ਸਾਰੇ ਦੀ ਬੋਲੀ ਮੋਲੀ ਅਪਡੇਟ ਸੀ ਤਾਜ ਮਾਜ ਦੇ ਹੋਰ ਅਪਡੇਟ ਲੈ ਕੇ ਅੱਜ ਦਿਖਾਵਾਂਗੇ ਤੁਹਾਨੂੰ ਪਰਮੇਸ਼ਵਰ ਮਾਬੀਰ ਜੀ ਦੀ ਸਨੈਪਚੈਟਾਂ ਤੇ ਸੋਰੀ ਮਾਫੀ ਚਾਹੁੰਦਾ ਜੀ ਇੰਨੇ ਦਿਨ ਤੋਂ ਸਨੈਪਚੈਟਾਂ ਤੇ ਅਪਡੇਟਸ ਨਹੀਂ ਦਿੱਤੀਆਂ ਪਰ ਹੁਣ ਇਹ ਦੇਣਾ ਚਾਹੁੰਦਾ ਕਿ ਹੁਣ ਰੋਜ਼ ਅਪਡੇਟਸ ਆਊਗੀ ਤੇ ਹੋਰ ਅਪਡੇਟਸ ਲਈ ਕਰ ਦਿਓ ਸਾਡਾ ਸਬਸਕ੍ਰਾਈਬ ਚੈਨਲ ਤੇ ਕਮੈਂਟ ਕਰੋ ਜ਼ਰੂਰ ਦੱਸੋ ਤੁਹਾਨੂੰ ਕਿੱਦਾਂ ਦੀ ਲੱਗੀ ਸਾਡੀ ਵੀਡੀਓ ਤੇ ਹੋਰ ਅਪਡੇਟਸ ਲਈ ਕਰ ਦਿਓ ਸਬਸਕ੍ਰਾਈਬ ਜ਼ਰੂਰ ਕਰ ਦਿਓ ਬਿਗ ਜੀ ਓਕੇ ਡੈਫੀਨਿਟ ਥੈਂਕ ਯੂ ਆਈ ਕੈਨ ਅੰਡਰਸਟੈਂਡ ਦਿਸ ਪ੍ਰੋਬਲਮ ਵਰਡ ਯੂ ਗਾ ਡਬਲ ਲਗਾ ਟੇਬਲ ਸਟੈਂਡ ਟੈਂਪੋ ਸਟੈਂਡ ਆਲ ਦਾ ਸਟੈਂਡ ਵੀ ਨੋ ਇਹ ਗੱਲ ਨਹੀਂ ਕਹਿਣੀ ਦਿਸ ਪ੍ਰੋਬਲਮ ਵਰਡ ਯੂ ਗਾ ਡਬਲ ਲਗਾ ਸਿਲ ਬਲ ਮੈਂ ਜਾਣ ਲੈ ਬਲ ਮੈਂ ਸ਼ਾਨ ਲੈ ਪੰਜ ਤੋਂ ਦੋ ਪਟਾਕੇ ਬੜੀ ਦਾਮ ਬਾਜੀ ਸਵਾਦ ਜ਼ਿਆਦਾ ਜਾਨਦਾਰ ਲੋਕ ਜਾਨਦਾਰ ਸ਼ਾਨ ਪਟਾਣੀਆਂ ਗੁੱਡੇ ਇੱਕ ਵਾਰ ਖਾਓਗੇ ਤਾਂ ਲਹਿਜੇ ਕਰ ਜਾਓ ਨੋ ਵਨ ਕੇ ਈਟ ਆਫ ਜਸਟ ਟੈਨ 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 ਓਕੇ ਉਹਦੇ ਵੀਰੇ ਬਸ ਇੰਪੋਰਟੈਂਟ ਨਿਰਮਾ ਦੂਧ ਕੀ ਸਫੇਦੀ ਨਿਰਮਾ ਸੇ ਆਏ ਰੰਗੀਨ ਕਪੜਾ ਵੀ ਖਿਲ ਖਿਲ ਜਾਏ ਸਭ ਕੀ ਪਸੰਦ ਨਿਰਮਾ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਕੱਲ ਪਰਸੋਂ ਮੈਂ ਪਰੌਂਠੇ ਤੁਹਾਨੂੰ ਜਿਹੜੀ ਸਪੈਸ਼ਲ ਵੇਟ ਲੋਸ ਦੀ ਡਾਈਟ ਦੱਸੀ ਸੀ ਉਸ ਤੋਂ ਬਾਅਦ ਬਹੁਤ ਲੋਕਾਂ ਦੇ ਪਿਆਰ ਆ ਰਿਹਾ ਸੀ, ਬਹੁਤ ਮੈਸੇਜ ਆ ਰਹੇ ਸੀ ਕਿ ਬਾਈ ਜੀ ਵੇਟ ਲੋਸ ਬਾਰੇ ਸਾਨੂੰ ਹੋਰ ਰੈਸਪੀਜ਼ ਦਿਓ। ਸੋ ਅੱਜ ਇੱਕ ਨਵੀਂ ਰੈਸਪੀ ਲੈ ਕੇ ਆਇਆ, ਉਹ ਹੈਗਾ ਕਿ ਜਿਹੜਾ ਤੁਸੀਂ ਸਾਗ ਹੈ ਧਿਆਨ ਨਾਲ ਦੇਖੋ, ਜਿੰਨਾ ਤੁਸੀਂ ਸਾਗ ਪਾਇਆ ਉਸ ਤੋਂ ਬਿਲਕੁਲ ਅੱਧਾ ਦੇਸੀ ਘਿਓ ਦਾ ਚਮਚਾ ਭਰਨਾ, ਨਾ ਵੱਧ ਤੇ ਨਾ ਘੱਟ। ਇਹਨੂੰ ਤੁਸੀਂ ਐਂ ਤੇ ਪਾ ਕੇ ਅੱਧਾ ਚਮਚਾ ਤੁਸੀਂ ਜਿੰਨਾ ਘਿਓ ਉਹਨੂੰ ਐਂ ਕਰਕੇ ਮਿਕਸ ਕਰਨਾ ਕਿ ਤੁਸੀਂ ਘਿਓ ਦੇ ਨਾਲ ਹੀ ਸਾਗ ਮਿਕਸ ਕਰਨਾ ਤੇ ਨਾਲ ਤੁਸੀਂ ਫਿਰ ਲੈ ਕੇ ਮੱਕੀ ਦੀਆਂ ਰੋਟੀਆਂ 7 ਰੋਟੀਆਂ ਤੇ ਨਾਲ ਅੱਧਾ ਘਿਓ ਤੇ ਅੱਧਾ ਸਾਗ 7 ਰੋਟੀਆਂ ਟਰਾਈ ਕਰੋ ਤੇ ਦੱਸੋ ਤੁਹਾਡਾ ਕਿੰਨਾ ਭਾਰ ਘਟਿਆ। ਮੈਂ ਵੀ ਦੇਖੋ ਵਨ ਆਫ ਮਾਈ ਸਕਸੈਸਫੁਲ ਫਿਟਨੈਸ ਸਟੂਡੈਂਟਸ। ਕਈ ਵਾਰੀ ਜੇ ਤੁਸੀਂ ਐਕਸਟ੍ਰੀਮ ਵੇਟ ਲੋਸ ਡਾਈਟਸ ਤੇ ਜਾਂਦੇ ਹੋ ਤਾਂ ਕਈ ਵਾਰੀ ਤੁਹਾਡਾ ਨਾ ਮਸਲ ਹੈ ਜਿਹੜਾ ਬਾਡੀ ਦਾ ਉਹ ਲੂਜ਼ ਹੋਣ ਲੱਗ ਜਾਂਦਾ। ਸੋ ਤੁਹਾਡਾ ਮਸਲ ਲੂਜ਼ ਨਾ ਹੋਵੇ ਡਿਊਰਿੰਗ ਫੇਟ ਲੋਸ ਵੇਟ ਲੋਸ, ਉਹਦੇ ਇੱਕ ਸਪੈਸ਼ਲ ਚਾਹ ਹੁੰਦੀ ਹੈ ਕਿ ਬਾਬਾ ਸਹੀ ਘੱਟ ਹੋ। ਫੋਨ ਸੀ ਡਰਦੇ ਨੇ ਕੱਢਿਆ ਬਾਨੇ ਨਾਲ ਕੰਨ ਨੂੰ ਲਾ ਕੇ ਜੀ ਆਟੋ ਵੱਲ ਭੱਜਿਆ ਆਦ ਬੰਦੇ ਵੇਖੇ ਜੋ ਪੱਥਰ ਦੇ ਡਰਨੇ ਉਹਨੂੰ 150 ਮੈਂ ਉੱਬਰ ਤੇ ਚਾਰ ਤੇ ਏਸੀ ਵਾਲੇ ਢੋਲ ਚੋ ਕੱਢਾਂਗੇ ਉਹਦੀ ਯਾਦ ਵਿੱਚ 5-7 ਬੱਕਰੇ ਵੱਢਾਂਗੇ ਉਹਦੀ ਯਾਦ ਤੇਰੀ ਉਹ ਮਿੱਠੇ ਮਿੱਠੇ ਥੋਟ ਕਰਦੀ ਹੈ ਐਕਸਚੇਂਜ ਜੀ ਵੈਗਨ ਯਾਰਾਂ ਦੇ ਕੋਲੇ ਉਹਦੇ ਕੋਲੇ ਨਹੀਂ ਜੇ ਉਹ ਉਮਰ ਲੱਗੇ ਜਿਵੇਂ ਵੱਧ ਗਈ ਆਇਓ ਮੈਨੂੰ ਛੱਡ ਗਈ ਬੱਕਰੇ ਵੱਢਾਂਗੇ ਯਾਰ ਆਪੀ ਕਹਿ ਗਏ ਲਾਟੀ ਨੇ ਤਾਂ ਰਿਸ਼ਤੇਦਾਰੀ ਕੱਢ ਲਈ ਆਇਓ ਨਵੀਂ ਵੀਡੀਓ ਵੀ ਉਹ ਵਧੀਆ ਫੋਟੋ ਸੀ ਵੀਡੀਓ ਇੰਨੀ ਵਧੀਆ ਨਹੀਂ ਹੋਣੀ ਮੈਂ ਲਾ ਜਿੰਨੀ ਵਧੀਆ ਫੋਟੋ